ਇਹੋ ਜਿਹੀ ਸ਼ਬਦਾਵਲੀ ਵਰਤੇਗਾ ਜਿਹੜਾ ਖੁਦ ਇਹੋ ਜਿਹੇ ਖਿਆਲਾਤ ਰੱਖਦਾ ਸੀ, ਉਹੀ ਕਰੇਗਾ ਨਾ। ਖੱਟੜ ਸਾਹਿਬ ਤੋਂ ਵੱਡਾ ਟੈਰਿਸ ਹੋਰ ਕੌਣ ਹੋ ਸਕਦਾ ਹੈ? ਜਦੋਂ ਜਿਹਦੇ ਵਾਸਤੇ ਬਣਾਏ ਜੇ ਬਿੱਲ ਉਹਨੂੰ ਨਹੀਂ ਚਾਹੀਦੇ ਤੇ ਤੁਸੀਂ ਜ਼ਬਰਦਸਤੀ ਕਿਉਂ ਬਣਾਉਂਦੇ ਫਿਰਦੇ ਸਾਡੇ ਵਾਸਤੇ? ਤੇ ਆਪਦੇ ਕੋਲ ਰੱਖ ਲੈਣ ਬਿੱਲ, ਬਿੱਲ ਤਾਂ ਅਸੀਂ ਵੀ ਲੈਣੇ। ਕਿਸਾਨ ਵਿਰੋਧੀ ਆਰਡੀਨੈਂਸ ਬਿੱਲਾਂ ਨੂੰ ਲੈ ਕੇ ਕਿਸਾਨ ਲਗਾਤਾਰ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਤੇ ਦੂਜੇ ਪਾਸੇ ਸਿਆਸੀ ਪਾਰਟੀਆਂ ਵੀ ਉਹਨਾਂ ਦੇ ਨਾਲ ਜਿਹੜੀਆਂ ਖੜੀਆਂ ਉਤਰੀਆਂ ਨੇ। ਤਾਂ ਇੱਕ ਪਾਸੇ ਅਗਰ ਗੱਲ ਕਰੀਏ ਕਿਸਾਨਾਂ ਦੀ, ਤਾਂ ਕਿਸਾਨਾਂ ਨੇ ਵੱਖ ਵੱਖ ਜਗ੍ਹਾਵਾਂ ਦੇ ਉੱਤੇ ਧਰਨੇ ਵੀ ਦਿੱਤੇ ਸਨ, ਰੋਸ਼ ਮੁਜ਼ਾਹਰਾ ਵੀ ਕੀਤਾ ਸੀ, ਰੇਲ ਰੋਕੋ ਅੰਦੋਲਨ ਚਲਾਇਆ ਸੀ, ਹੋਰ ਵੀ ਅੰਦੋਲਨ ਜਿਹੜੇ ਚਲਾਏ ਗਏ ਸੀ। ਤੇ ਕਿਸਾਨਾਂ ਨੇ ਇੱਕ ਹੰਕਾਰ ਭਰੀ ਸੀ, ਦਿੱਲੀ ਵੱਲ ਨੂੰ ਕੂਚ ਕੀਤੀ ਗਈ ਸੀ। ਤਾਂ ਦਿੱਲੀ ਜਦੋਂ ਗਏ ਸਨ ਉਹਨਾਂ ਤੇ ਬੁਛਾਰਾਂ ਜ਼ਰੂਰ ਕੀਤੀਆਂ ਗਈਆਂ ਸਨ, ਲੇਕਿਨ ਉਹਨਾਂ ਦੇ ਹੌਸਲੇ ਇੰਨੇ ਬੁਲੰਦ ਸੀ ਕਿ ਦਿੱਲੀ ਬੁਛਾਰਾਂ ਨੂੰ ਪਾਰ ਕਰਦੇ ਹੋਏ ਦਿੱਲੀ ਜਦੋਂ ਪਹੁੰਚੇ ਨੇ ਤਾਂ ਉਸ ਤੋਂ ਬਾਅਦ ਵੱਖ ਵੱਖ ਪਾਰਟੀਆਂ ਦੇ ਸਿਆਸਤ ਵੀ ਕੀਤੀ ਗਈ, ਲੇਕਿਨ ਕਈ ਪਾਰਟੀਆਂ ਉਹਨਾਂ ਦੇ ਹਿੱਤ ਲਈ ਵੀ ਉਤਰੀਆਂ ਨੇ। ਤਾਂ ਅੱਜ ਸਾਡੇ ਨਾਲ ਇਸ ਸਮੇਂ ਸ਼ੇਰੇ ਪੰਜਾਬ ਵਿਕਾਸ ਪਾਰਟੀ ਦੇ ਜਿਹੜੇ ਸਰਪ੍ਰਸਤ ਨੇ ਉਹ ਇੱਥੇ ਪਹੁੰਚੇ ਹੋਏ ਨੇ, ਚੰਨਣ ਸਿੰਘ ਜੀ ਨੇ। ਗੱਲਬਾਤ ਕਰਾਂਗੇ ਉਹਨਾਂ ਦੇ ਨਾਲ, ਕਿਉਂਕਿ ਭਲੇ ਦੀ ਅਰਦਾਸ ਵੀ ਇਹਨਾਂ ਵੱਲੋਂ ਕੀਤੀ ਗਈ ਹੈ। ਤਾਂ ਕਿਸ ਤਰ੍ਹਾਂ ਸਰ, ਕਿਉਂਕਿ ਵੱਖ ਵੱਖ ਪਾਰਟੀਆਂ ਜਿਹੜੀਆਂ ਨੇ ਕਿਸਾਨਾਂ ਦੇ ਹਿੱਤ ਦੇ ਵਿੱਚ ਉਤਰੀਆਂ ਹੋਈਆਂ ਨੇ, ਕੁਝ ਸਿਆਸੀ ਪਾਰਟੀਆਂ ਅਜਿਹੀਆਂ ਵੀ ਨਹੀਂ ਕਿ ਜਿਹੜੀਆਂ ਟਿੱਪਣੀ ਕਰ ਰਹੀਆਂ ਨੇ ਉਹਨਾਂ ਕਿਸਾਨਾਂ ਨੂੰ ਮਾੜਾ ਵੀ ਬੋਲ ਰਹੀਆਂ ਨੇ, ਲੇਕਿਨ ਤੁਹਾਡੇ ਵੱਲੋਂ ਅੱਜ ਭਲੇ ਦੀ ਅਰਦਾਸ ਕੀਤੀ ਗਈ ਹੈ, ਕੀ ਹੈ ਜੀ? ਦੇਖੋ ਜੀ, ਸਾਡਾ ਕੌਮ, ਸਾਡੀ ਸਿੱਖ ਕੌਮ ਦਾ ਫਲਸਫਾ ਹੈ ਸਰਬੱਤ ਦੇ ਭਲੇ ਵਾਸਤੇ ਅਰਦਾਸ। ਅਸੀਂ ਜਦੋਂ ਅਰਦਾਸ ਕਰਦੇ ਨੇ, ਅਸੀਂ ਇੱਕ ਪਰਟੀਕੁਲਰ ਬੰਦੇ ਵਾਸਤੇ ਨਹੀਂ ਕਰਦੇ, ਅਸੀਂ ਕਹਿੰਦੇ ਸਰਬੱਤ ਦਾ ਭਲਾ ਹੋਵੇ। ਜਿਹੜੇ ਵੀ ਸਾਡੇ ਵੀਰ ਉੱਥੇ ਬੈਠੇ ਨੇ, ਭਾਵੇਂ ਉਹ ਹਰਿਆਣੇ ਦੇ ਕਿਸਾਨ ਨੇ, ਭਾਵੇਂ ਉਹ ਯੂਪੀ ਦੇ ਕਿਸਾਨ ਨੇ, ਭਾਵੇਂ ਉਹ ਪੰਜਾਬ ਦੇ ਕਿਸਾਨ ਨੇ, ਅਸੀਂ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅੱਜ ਬਾਬਾ ਜੀ ਕੋਲ ਆਏ ਹਾਂ। ਬਾਬਾ ਦੀਪ ਸਿੰਘ ਦੇ ਆਸ਼ੀਰਵਾਦ ਲੈਣ 'ਤੇ ਅਰਦਾਸ ਕੀਤੀ ਹੈ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੇ ਕਿਸਾਨਾਂ ਨੂੰ ਚੜ੍ਹਦੀ ਕਲਾ ਬਖਸ਼ੀ ਔਰ ਉਹਨਾਂ ਨੂੰ ਇੰਨਾ ਹੀ ਹੌਸਲਾ ਅਫਜ਼ਾਈ ਕਰੀ ਕਿ ਇਹ ਜਿੱਤ ਕੇ ਜੰਗ ਆਉਣ ਵਾਪਸ ਔਰ ਬਿਨਾਂ ਜਿੱਤੇ ਨਾ ਆਉਣ ਵਾਪਸ। ਪਰ ਕਿਸਾਨ ਤਾਂ ਆਪਣੀ ਹੋਂਦ ਨੂੰ ਬਚਾਉਣ ਦੇ ਲਈ ਹੀ ਇਹ ਸਭ ਕੁਛ ਕਰ ਰਿਹਾ ਹੈ, ਧਰਨੇ ਮੁਜ਼ਾਹਰੇ ਕਰ ਰਿਹਾ, ਲੇਕਿਨ ਅੰਨਦਾਤਾ ਜਿਹਨੂੰ ਕਿਹਾ ਜਾਂਦਾ ਹੈ, ਕੋਈ ਸ਼ੌਂਕ ਨਹੀਂ ਹੈ ਕਿਸਾਨ ਨੂੰ ਸੜਕਾਂ 'ਤੇ ਆਉਣ 'ਤੇ, ਕੋਈ ਸ਼ੌਂਕ ਨਹੀਂ ਹੈ ਕਿਸਾਨ ਨੂੰ ਭੁੱਖੇ ਰਹਿਣ ਦਾ ਜਾਂ ਫਿਰ ਸੜਕਾਂ 'ਤੇ ਸੌਣ ਦਾ। ਇਹ ਸੈਂਟਰ ਸਰਕਾਰ ਦੇ ਨਾਲ ਜਿਹੜੀ ਇਹ ਜੰਗ ਸੀ, ਲੇਕਿਨ ਖੱਟਰ ਜਿਹੜੇ ਨੇ, ਮਨੋਹਰ ਲਾਲ ਖੱਟਰ, ਉਹ ਵਿੱਚ ਕਿਸਾਨਾਂ ਨੂੰ ਜਿਹੜਾ ਹੈ ਉਹਨਾਂ ਨੇ ਟੈਰਰਿਸਟ ਦੱਸਿਆ ਹੈ, ਯਾਨੀ ਕਿ ਅੱਤਵਾਦੀ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਦੇ ਵਿੱਚ ਸ਼ਰਾਰਤੀ ਅੰਸਰ ਵੀ ਨੇ ਜਿਹੜੇ ਕਿ ਮਾਹੌਲ ਖਰਾਬ ਕਰ ਰਹੇ ਨੇ, ਇਸ ਤਰੀਕੇ ਦੀ ਸ਼ਬਦਾਵਲੀ ਵਰਤੀ ਗਈ। ਕੌਣ ਇਹੋ ਜਿਹੀ ਸ਼ਬਦਾਵਲੀ ਵਰਤੇਗਾ ਜਿਹੜਾ ਖੁਦ ਇਹੋ ਜਿਹੇ ਖਿਆਲਾਤ ਰੱਖਦਾ? ਉਹੀ ਕਰੇਗਾ ਨਾ। ਖੱਟੜ ਸਾਹਿਬ ਤੋਂ ਵੱਡਾ ਟੈਰਰਿਸਟ ਹੋਰ ਕੌਣ ਹੋ ਸਕਦਾ ਜਿਹਨੇ ਕਿਸਾਨਾਂ ਨੂੰ ਇੰਨੀ ਠੰਡ 'ਚ ਠੰਡੇ ਪਾਣੀ ਦੀਆਂ ਵਾਛਣਾਂ ਮਾਰੀਆਂ? ਦੱਸ, ਤੈਨੂੰ ਕੀ ਹੱਕ ਹੈ ਤੂੰ ਕਿਸੇ ਨੂੰ ਰੋਕੇ ਦਿੱਲੀ ਜਾਣ ਤੋਂ? ਤੇਰੀ ਸਟੇਟ ਹੈ, ਤੇਰੇ ਨਾਂ 'ਤੇ ਥੋੜ੍ਹੀ ਹੈ, ਹਿੰਦੁਸਤਾਨ ਦੀ ਸਟੇਟ ਹੈ ਹਰਿਆਣਾ, ਤੇਰੀ ਪਰਸਨਲ ਪ੍ਰੋਪਰਟੀ ਨਹੀਂ ਹੈ। ਤੂੰ ਮਿਸਯੂਜ਼ ਕਿਉਂ ਕੀਤੀ, ਪੁਲਿਸ ਕਿਉਂ ਕੀਤੀ? ਤੂੰ ਉਹਨਾਂ ਨੂੰ ਜਾਣਦੇ ਉੱਥੇ ਜਾ ਕੇ? ਜੇ ਉਹ ਹਾਂ, ਜੇ ਉਹ ਪੀਸ ਡਿਸਟਰਬ ਕਰਦੇ ਨੇ ਫਿਰ ਤੂੰ ਐਕਸ਼ਨ ਲੈ ਸਕਦਾ। ਕਿਸਾਨਾਂ ਦਾ ਅੰਦੋਲਨ ਤਾਂ ਸਿੱਧਾ ਕੇਂਦਰ ਸਰਕਾਰ ਦੇ ਨਾਲ ਸਰਕਾਰ ਨਾਲ ਹੈ। ਤੋ ਇਹਨੇ ਜੋ ਕੁਛ ਕੀਤਾ, ਹੀ ਹਿਮਸੈਲਫ ਇਜ਼ ਏ ਟੈਰਰਿਸਟ, ਇਹਨੇ ਇਹ ਕੋਸ਼ਿਸ਼ ਕਰਨ ਦੀ ਕੀਤੀ ਹੈ ਕਿ ਅਸੀਂ ਵੀ ਟੈਰਰਿਸਟ ਹਾਂ, ਅਸੀਂ ਤੁਹਾਨੂੰ ਐਂ ਨਹੀਂ ਲੰਘਣ ਦੇਣਾ। ਤੋ ਰਾਈਟ ਅਪ ਟੂ ਬਾਰਡਰ 5-10 ਬੈਰੀਅਰ ਬਣਾ ਦੇ, ਹਾਂਜੀ, ਜਿਹੜੇ ਉਹਨਾਂ ਨੂੰ ਤੋੜ ਕੇ ਅਥਰੂ ਗੈਸ ਦੇ ਗੋਲੇ ਵੀ ਖਾਣੇ ਪਏ, ਟੰਡੀਆਂ ਵਿਛਾੜਾਂ ਵੀ ਖਾਣੀਆਂ ਪਈਆਂ, ਪਰ ਉਹ ਸ਼ੇਰ ਨੇ, ਉਹ ਗੁਰੂ ਦੀ ਉਹਨਾਂ ਦੇ ਵਰਸਾਇਆ ਗੁਰੂ ਦਾ, ਉਹ ਗੁਰੂ ਦੇ ਸ਼ੇਰ ਨੇ, ਉਹ ਸਭ ਕੁਝ ਤੋੜਦੇ ਉੱਥੇ ਪਹੁੰਚ ਗਏ ਦਿੱਲੀ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ, ਉਹਨਾਂ ਦਾ ਬਿਆਨ ਆਇਆ ਕਿ ਜਿਹੜਾ ਇਹ ਬਿੱਲ ਨੇ ਇਹ ਰੱਦ ਨਹੀਂ ਕੀਤੇ ਜਾਣਗੇ, ਸ਼ੋਧ ਦੀ ਜ਼ਰੂਰ ਗੱਲ ਕੀਤੀ ਗਈ ਕਿ ਸ਼ੋਧ ਕਰ ਦਿਆਂਗੇ ਲੇਕਿਨ ਰੱਦ ਨਹੀਂ ਹੋਣਗੇ। ਮੋਦੀ ਸਾਹਿਬ, ਇਹ ਬਿੱਲ ਬਣਾਏ ਕਹਿੰਦੇ ਵਾਸਤੇ ਜੇ? ਤੁਸੀਂ ਕਹਿੰਦੇ ਅਸੀਂ ਬਹੁਤ ਵਧੀਆ ਬਿੱਲ ਬਣਾਏ ਨੇ, ਇਹ ਸਾਡੇ ਵਾਸਤੇ ਬਣਾਏ ਜੇ ਨਾ, ਸਾਨੂੰ ਨਹੀਂ ਚਾਹੀਦੇ ਤੁਹਾਡੇ ਬਿੱਲ, ਇਹਨਾਂ ਨੂੰ ਆਪਦੇ ਕੋਲ ਆਪਦੀ ਜੇਬ 'ਚ ਪਾ ਕੇ ਰੱਖੋ। ਜਦੋਂ ਜਿਹਦੇ ਵਾਸਤੇ ਬਣਾਏ ਜੇ ਬਿੱਲ ਉਹਨੂੰ ਹੀ ਨਹੀਂ ਚਾਹੀਦੇ ਤਾਂ ਤੁਸੀਂ ਜ਼ਬਰਦਸਤੀ ਕਿਉਂ ਬਣਾਉਂਦੇ ਫਿਰਦੇ ਜੇ ਸਾਡੇ ਵਾਸਤੇ ਬਿੱਲ? ਮਾਫ ਕਰੋ, ਅਸੀਂ ਆਪੇ ਆਪਦੀ ਆਮਦਨ ਡਬਲ ਕਰ ਲਾਂਗੇ, ਤੁਹਾਡੇ ਬਿੱਲਾਂ 'ਚ ਸਾਨੂੰ ਕੋਈ ਜ਼ਰੂਰਤ। ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜਿਹੜੀ ਕਾਂਗਰਸ ਹੈ ਸਿਰਫ ਭਰਮਾਉਣ ਦਾ ਕੰਮ ਕਰ ਰਹੀ ਹੈ, ਜਿਹੜੇ ਬਿੱਲ ਲਿਆਉਂਦੇ ਨੇ ਕਿਸਾਨਾਂ ਨੂੰ ਤਾਂ ਇੱਕ ਖੁੱਲ ਦੇ ਦਿੱਤੀ ਹੈ, ਜਿੱਥੇ ਮਰਜ਼ੀ ਤੁਸੀਂ ਆਪਣਾ ਜਿਹੜਾ ਹੈ ਆਪਣਾ ਅਨਾਜ ਜਿਹੜਾ ਉਹ ਵੇਚ ਸਕਦੇ ਹੋ, ਤਾਂ ਜਿੱਥੇ ਮਰਜ਼ੀ ਤੁਸੀਂ ਵੇਚ ਸਕਦੇ, ਪੂਰਾ ਆਲ ਓਵਰ ਭਾਰਤ ਤੁਹਾਨੂੰ ਦਿੱਤਾ ਗਿਆ। ਇਹ ਤਾਂ ਇੱਕ ਆਪਸ਼ਨ ਦਿੱਤੀ ਗਈ ਹੈ, ਉਹਨਾਂ ਦਾ ਕਹਿਣਾ ਹੈ ਕਿ ਇਹ ਆਪਸ਼ਨ ਜਿਹੜੀ ਹੈ ਕਿਸਾਨਾਂ ਦੇ ਲਈ ਫਾਇਦੇਮੰਦ ਹੋਏਗੀ, ਲੇਕਿਨ ਕਿਸਾਨ ਨੂੰ ਭਰਮਾਉਣ ਦਾ ਕੰਮ ਕੀਤਾ ਜਾ ਰਿਹਾ। ਇਹ ਮੋਦੀ ਸਾਹਿਬ, ਤੁਸੀਂ ਕਿਸੇ ਨੂੰ ਬੇਵਕੂਫ ਬਣਾਉਣਾ ਹੈ ਤੇ ਕੋਈ ਹੋਰ ਬੰਦੇ ਲੱਭ ਲਓ ਨਾ। ਤੁਸੀਂ ਐਂ ਕਰੋ, ਤੁਸੀਂ MSP ਸਾਰੇ ਸਾਨੂੰ ਦੇ ਦਿਓ, ਚਲੋ ਹਰਿਆਣੇ 'ਚ ਵੀ ਵੇਚਾਂਗੇ MSP ਦੇ ਦਿਓ, ਅਸੀਂ ਗੁਜਰਾਤ 'ਚ ਵੇਚਦੇ ਸਾਨੂੰ MSP ਦੇ ਦਿਓ, MSP ਤੁਸੀਂ ਡਿਕਲੇਅਰ ਕਰ ਦਿਓ, ਇਹਨਾਂ ਦੇ ਵਿੱਚ ਪਾ ਦਿਓ, ਫਿਰ ਅਸੀਂ ਜਿੱਥੇ ਮਰਜ਼ੀ ਵੇਚ ਲਾਂਗੇ। ਜੇ MSP ਨਹੀਂ ਹੈਗੀ ਤਾਂ ਮੋਦੀ ਸਾਹਿਬ, 1000 ਨੂੰ ਵਿਕਿਆ ਜੇ ਝੋਨਾ, UP 'ਚ 1000 ਨੂੰ,
ਤੇ ਤੁਸੀਂ ਸਾਡਾ 800 ਨੂੰ ਵੇਚਣਾ ਚਾਹੁੰਦੇ ਜੇ, ਇੱਥੇ ਲੁੱਟਣਾ ਚਾਹੁੰਦੇ ਜੇ ਲੁੱਟਣਾ, ਉਹ ਲੁੱਟਣ ਨਹੀਂ ਦਿਆਂਗੇ ਅਸੀਂ, ਸਾਨੂੰ ਨਹੀਂ ਜੇ ਚਾਹੀਦੇ ਤੁਹਾਡੇ ਬਿੱਲ। ਤਾਂ ਸਰ ਮੀਟਿੰਗਾਂ ਕਾਫੀ ਵਾਰ ਹੋ ਚੁੱਕੀਆਂ ਨੇ ਲੇਕਿਨ ਸਿੱਟਾ ਕੋਈ ਨਹੀਂ ਨਿਕਲ ਰਿਹਾ, ਉਹੀ ਗੱਲ ਮੁੜ ਕੇ ਆਉਂਦੀ ਹੈ ਜੀ, ਨਹੀਂ ਐਸੇ ਰੱਦ ਨਹੀਂ ਕਰਨਾ, ਅਸੀਂ ਇਹਦੇ 'ਚ ਜ਼ਰੂਰ ਥੋੜ੍ਹੀ ਬਹੁਤ ਸ਼ੋਧ ਕਰ ਦਾਂਗੇ ਲੇਕਿਨ ਰੱਦ ਨਹੀਂ ਕਰਨਾ। ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਇਹ ਤਾਂ ਬ੍ਰੇਨ ਵਾਸ਼ ਕਰ ਰਿਹਾ, ਇਹ ਸਮਝਦੇ ਆ, ਇਹਨਾਂ ਨੂੰ ਟੈਕਟਿਸ ਹੈ, ਚਾਈਨੀਜ਼ ਵੇ ਆਫ ਬ੍ਰੇਨ ਵਾਸ਼ਿੰਗ। ਉਹ 2 ਮਹੀਨੇ ਬੰਦੇ ਨੂੰ ਰੋਜ਼ ਇੱਕੋ ਹੀ ਭਾਸ਼ਣ ਕਰਦੇ ਆ, ਬਿਠਾ ਲੈਂਦੇ 2 ਘੰਟੇ 3 ਘੰਟੇ ਬਿਠਾ ਕੇ ਉਹਨੂੰ, ਜਦੋਂ POW ਸਾਡੇ ਫੜਿਆ ਗਿਆ ਸੀ ਨਾ, ਉਹ ਬਿਠਾ ਕੇ 2 ਘੰਟੇ ਉਹਨਾਂ ਨੇ ਇੱਕੋ ਹੀ ਭਾਸ਼ਣ ਕਰਨਾ, ਅਗਲੇ ਦਿਨ ਫਿਰ ਬਿਠਾ ਕੇ 2 ਘੰਟੇ ਇੱਕੋ ਹੀ ਭਾਸ਼ਣ ਕਰਨਾ, 2 ਮਹੀਨਿਆਂ ਬਾਅਦ ਬੰਦੇ ਨੂੰ ਬ੍ਰੇਨ ਵਾਸ਼ ਕਰ ਦਿੰਦੇ ਨੇ। ਉਹਨਾਂ ਨੇ ਸਪਸ਼ਟ ਕਰਤਾ ਨਾ ਹੁਣ, ਉਹੀ ਇਹਨਾਂ ਨੇ ਫੜੀ ਹੋਈ ਹੈ। ਤੀਜੇ ਦਿਨ ਬੁਲਾ ਲਓ, 6 ਘੰਟੇ ਸਾਨੂੰ ਆਪਦਾ ਦੱਸੋ, ਅਸੀਂ ਤੁਹਾਨੂੰ ਆਪਣਾ ਦੱਸਾਂਗੇ, ਛਣਕਣਾ ਦੱਸੋਗੇ। ਚੰਨਨ ਸਿੰਘ ਜੀ ਉਹਨਾਂ ਨੇ ਸਪਸ਼ਟ ਕਰਤਾ, ਕਹਿੰਦੇ ਜੀ ਅਸੀਂ ਰੱਦ ਨਹੀਂ ਕਰਨਾ ਜੋ ਮਰਜ਼ੀ ਹੋਵੇ। ਤੇ ਆਪਦੇ ਕੋਲ ਰੱਖ ਲੈਣ ਬਿੱਲ, ਬਿੱਲ ਤਾਂ ਅਸੀਂ ਵੀ ਲੈਣੇ, ਨਹੀਂ ਰੱਦ ਕਰਨਗੇ ਤੇ ਆਉਂਦੇ ਅਸੀਂ ਵੀ ਨਹੀਂ, ਅਸੀਂ ਵੀ ਡਟਾਂਗੇ, ਮਰਾਂਗੇ, ਹਰ ਭਾਵੇਂ ਜੋ ਮਰਜ਼ੀ ਸਾਨੂੰ ਕੁਰਬਾਨੀਆਂ ਦੇਣੀਆਂ ਪੈਣ ਦਿਆਂਗੇ, ਅਸੀਂ ਬਿਲਕੁਲ ਦਿੱਲੀ ਉਦੋਂ ਹੀ ਛੱਡਾਂਗੇ ਜਦੋਂ ਬਿੱਲ ਅਸੀਂ ਰਿਜੈਕਟ ਕਰਾਵਾਂਗੇ। ਅਰਦਾਸ ਤੁਸੀਂ ਕੀਤੀ ਹੈ ਭਲੇ ਦੀ, ਅਰਦਾਸ ਕੀਤੀ ਹੈ ਔਰ ਦਿੱਲੀ ਵੱਲ ਨੂੰ ਪੁੱਛ ਕੀਤੀ ਹੋ? ਨਹੀਂ, ਦਿੱਲੀ ਵੱਲ ਨੂੰ ਦੇਖੋ, ਜਦੋਂ ਫੌਜ ਲੜਦੀ ਹੈ ਨਾ, ਤੇ ਤੁਹਾਨੂੰ ਨਹੀਂ ਸ਼ਾਇਦ ਪਤਾ, ਜਿਹੜੀ ਬਾਰਡਰ ਤੇ ਲੜਦੀ ਹੈ ਨਾ, ਉਸ ਤੋਂ 3 ਗੁਣਾ ਪਿੱਛੇ ਚਾਹੀਦੀ ਹੈ ਸਪੋਰਟ ਵਾਸਤੇ। ਮੈਂ ਬਾਰਡਰ ਤੇ ਬੈਠਾ, ਅੱਜ ਲੜਾਈ ਹੋਈ ਹੈ, ਅਗਲੇ 10 ਦਿਨ ਲੜਾਈ ਹੈ ਹੀ ਨਹੀਂ, ਉਹ ਕਿਸੇ ਹੋਰ ਪਿਕਟ ਤੇ ਹੋ ਰਹੀ ਹੈ ਜਾਂ ਕਿਸੇ ਹੋਰ ਮਹਾਜ ਤੇ ਹੋ ਰਹੀ ਹੈ, ਪਰ ਪਿੱਛੋਂ ਤਾਂ ਹਰ ਕਿ ਤੁਸੀਂ ਮਦਦ ਲਈ, ਪਿੱਛੋਂ ਗੋਲਾ ਵੀ ਚਾਹੀਦਾ, ਬਰੂਦ ਵੀ ਚਾਹੀਦਾ, ਸਪੋਰਟ ਵੀ ਚਾਹੀਦੀ ਹੈ, ਰੋਟੀ ਵੀ ਚਾਹੀਦੀ ਹੈ, ਹਰ ਚੀਜ਼ ਪਿੱਛੋਂ ਚਾਹੀਦੀ ਹੈ। ਤੋ ਪਿੱਛੇ ਸਪੋਰਟ ਮਜ਼ਬੂਤ ਜਿੰਦੀ ਹੋਏਗੀ, ਉਹ ਫੌਜ ਅੱਗੇ ਕਦੀ ਨਹੀਂ ਹਾਰ। ਤਾਂ ਤੁਸੀਂ ਹਰ ਪੱਖ ਦੇ ਨਾਲ ਜਿਹੜਾ ਉਹਨਾਂ ਕਿਸਾਨਾਂ ਨਾਲ, ਉਹਨਾਂ ਦੇ ਸਪੋਰਟ 'ਚ ਡਟ ਕੇ ਖੜੇ। ਇਹ ਸਨ ਸ਼ੇਰੇ ਪੰਜਾਬ ਵਿਕਾਸ ਪਾਰਟੀ ਦੇ ਜਿਹੜੇ ਸਰਪ੍ਰਸਤ ਨੇ ਚੰਨਨ ਸਿੰਘ ਜੀ, ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ, ਉਹਨਾਂ ਨੇ ਭਲੇ ਦੀ ਅਰਦਾਸ ਵੀ ਇੱਥੇ ਕੀਤੀ ਹੈ, ਗੁਰਦੁਆਰਾ ਸ਼੍ਰੀ ਸ਼ੀਸ਼ਗੰਜ ਸਾਹਿਬ ਵਿੱਚ ਮੱਥਾ ਵੀ ਟੇਕ ਕੇ ਉਹਨਾਂ ਨੇ ਭਲੇ ਦੀ ਅਰਦਾਸ ਵੀ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਮੀਟਿੰਗ ਹੋਣੀ ਹੈ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨਾਲ, ਉਹਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਜ਼ਰੂਰ ਹੋਵੇ, ਉਹਨਾਂ ਦੀ ਗੱਲ ਜ਼ਰੂਰ ਸੁਣੀ ਜਾਵੇ, ਅਤੇ ਜਿਹੜੇ 3 ਬਿੱਲ ਪਾਸ ਕੀਤੇ ਨੇ ਕੇਂਦਰ ਸਰਕਾਰ ਵੱਲੋਂ ਰੱਦ ਕੀਤੇ ਜਾਣ। ਬੜੇ ਜਾਂਦੇ ਸਮੋਸ਼ ਭਗਤ ਨਾਲ ਵਿਸ਼ਾਲ ਸ਼ਰਮਾ, ਲਾਈਵ ਭਾਰਤ, ਅੰਮ੍ਰਿਤਸਰ।